ਬਾਬਾ ਜੀ ਆਪਣਾ ਅੰਮ੍ਰਿਤ ਬਾਰੇ ਖਾਲਸਾ ਬਾਰੇ ਪੁੱਛਣਾ ਕਿ ਉਹਨਾਂ ਨੂੰ ਆਏ ਨੀ ਸੌਂ ਚੁਕਾਉਣ ਵਾਸਤੇ? ਕੋਈ ਗੱਲ ਨਹੀਂ ਐਸੀ ਚੰਗੀ ਗੱਲ ਹੈ, ਪਤਾ ਤਾਂ ਲੱਗ ਗਿਆ ਨਾ ਪਿੰਡ ਸਿੰਘ ਬਾਹਰ ਆ ਗਈ ਹੈ ਤੇ ਕਿੰਨੀ ਆ ਗਿਆ ਵਾਸਤੇ। ਬਾਕੀ ਕੋਈ ਗੱਲ ਨੀ, ਜੇ ਨਹੀਂ ਨਾ ਉਹਨਾਂ ਨੇ ਲਿਆਂਦਾ ਉਹਨਾਂ ਨੂੰ ਤੇ ਕੋਈ ਗੱਲ, ਫਿਰ ਹੁਣ ਮੁੱਖ ਮੰਤਰੀ ਬਣ ਕੇ ਆਉਣਗੇ, ਹੁਣ ਸਾਨੂੰ ਤਾਂ ਮੁੱਖ ਮੰਤਰੀ ਬਣਾਏਗੀ, ਦੇਖਿਓ ਜੀ। ਸਤਿ ਸ੍ਰੀ ਅਕਾਲ ਦੋਸਤੋ, ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ। ਜਿਵੇਂ ਕਿ ਪਹਿਲਾਂ ਵੀ ਤੁਹਾਨੂੰ ਅਪਡੇਟ ਦਿੱਤਾ ਸੀ ਤੇ ਤੁਹਾਡੇ ਤੱਕ ਵੀ ਖਬਰ ਪਹੁੰਚ ਗਈ ਹੋਵੇਗੀ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਹੁਣ ਉਹਨਾਂ ਦੇ MP ਅਹੁਦੇ ਦੀ ਸਹੁੰ ਚੁੱਕਣ ਦੀ NIA ਵੱਲੋਂ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਇਜਾਜ਼ਤ ਦੇ ਦਿੱਤੀ ਗਈ ਹੈ। ਤੇ ਹੁਣ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਇੱਕ ਹੋਰ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ 5-6 ਜਾਂ ਫਿਰ 8-9 ਜੁਲਾਈ ਨੂੰ ਸਹੁੰ ਚੁਕਾਈ ਜਾ ਸਕਦੀ ਹੈ। ਇਹਨਾਂ ਚਾਰ ਤਰੀਕਾਂ ਤੇ ਉੱਪਰ ਕਿਸੇ ਵੀ ਤਰੀਕ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾਈ ਜਾ ਸਕਦੀ ਹੈ, ਜਿਹੜੀਆਂ ਤਰੀਕਾਂ NIA ਵੱਲੋਂ ਜਾਰੀ ਕੀਤੀਆਂ ਗਈਆਂ ਨੇ। ਤੇ ਇਹ ਵੀ ਪਤਾ ਲੱਗਿਆ ਕਿ ਪੰਜਾਬ ਪੁਲਿਸ ਦੁਆਰਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਸਾਹਿਬ ਦੀ ਜੇਲ੍ਹ ਤੋਂ ਦਿੱਲੀ ਪਾਰਲੀਮੈਂਟ ਤੱਕ ਲਿਜਾਉਣ ਦੀ ਜ਼ਿੰਮੇਵਾਰੀ ਚੁੱਕੀ ਜਾਵੇਗੀ ਅਤੇ ਇਹਨਾਂ ਤਰੀਕਾਂ ਦੇ ਵਿੱਚੋਂ ਜੋ ਵੀ ਸੂਟੇਬਲ ਹੋਵੇਗੀ ਉਸ ਤਰੀਕ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਾਰਲੀਮੈਂਟ ਲਿਜਾਇਆ ਜਾਵੇਗਾ, ਜਿੱਥੇ ਕਿ ਉਹ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ। ਅਤੇ ਦੱਸ ਦਈਏ ਕਿ ਹੁਣ ਤੱਕ ਦੁਚੀਚੀ ਸੀ, ਕਿਉਂਕਿ ਇਹ ਵੀ ਪ੍ਰਾਵਧਾਨ ਹੈ ਕਿ ਜੇਕਰ 60 ਦਿਨਾਂ ਦੇ ਵਿੱਚ ਕੋਈ MP ਆਪਣੇ ਅਹੁਦੇ ਦੀ ਸਹੁੰ ਨਹੀਂ ਚੁੱਕਦਾ ਤਾਂ ਉਸ ਦੀ ਜੋ ਇਲੈਕਸ਼ਨ ਦੇ ਵਿੱਚ ਜਿੱਤ ਹੁੰਦੀ ਹੈ ਉਹਦੀ ਸੀਟ ਹੁੰਦੀ ਹੈ ਉਹ ਕੈਂਸਲ ਹੋ ਜਾਂਦੀ ਹੈ, ਜਿਸ ਕਰਕੇ ਕਿ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਇਸ ਗੱਲ ਨੂੰ ਲੈ ਕੇ ਭਰਮ ਭੁਲੇਖਾ ਸੀ ਕਿ ਆਖਿਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾਈ ਜਾਂਦੀ ਹੈ ਜਾਂ ਨਹੀਂ, ਕਿਉਂਕਿ ਜਦੋਂ ਬਾਕੀ ਮੈਂਬਰ ਪਾਰਲੀਮੈਂਟ ਨੂੰ ਸਹੁੰ ਚੁਕਾਈ ਗਈ ਉਸ ਦਿਨ ਪੰਜਾਬ ਦੇ ਵੀ 12 MPs ਨੂੰ ਸਹੁੰ ਚੁਕਾਈ ਗਈ, ਪਰ ਉਸ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਂ ਤਾਂ ਉੱਥੇ ਬੋਲਿਆ ਗਿਆ ਪਰ ਉਹਨਾਂ ਨੂੰ ਸਹੁੰ ਚੁਕਾਉਣ ਦੇ ਲਈ ਨਹੀਂ ਲਿਆਂਦਾ ਗਿਆ, ਜਿਸ ਬਾਰੇ ਕਿ ਪਰਿਵਾਰ ਨੇ ਵੀ ਸਪਸ਼ਟ ਕੀਤਾ ਸੀ ਕਿ ਉਹਨਾਂ ਤੱਕ ਵੀ ਕੋਈ ਜਾਣਕਾਰੀ ਨਹੀਂ ਪਹੁੰਚੀ ਹੈ। ਸੋ ਤੁਹਾਡਾ ਕੀ ਕਹਿਣਾ ਇਸ ਮਾਮਲੇ 'ਤੇ, ਕਿ ਤੁਹਾਨੂੰ ਲੱਗਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੇਕਰ ਪਾਰਲੀਮੈਂਟ ਦੀ ਕਾਰਵਾਈ ਦੇ ਵਿੱਚ ਸ਼ਾਮਲ ਹੁੰਦੇ ਨੇ, ਸਾਰੀ ਪਾਰਲੀਮੈਂਟ ਦੇ ਵਿੱਚ ਜੋ ਮੁੱਦੇ ਨੇ ਉਹਨਾਂ 'ਤੇ ਕੀ ਤੁਹਾਨੂੰ ਲੱਗਦਾ ਕਿ ਉਹ ਆਪਣੇ ਹਲਕੇ ਅਤੇ ਪੰਜਾਬ ਦੀ ਆਵਾਜ਼ ਬੁਲੰਦ ਕਰ ਸਕਦੇ ਨੇ MP ਬਣ ਕੇ? ਤਾਂ ਕਮੈਂਟਾਂ ਦੇ ਵਿੱਚ ਯੈਸ ਜਾਂ ਨੋ ਟਾਈਪ ਕਰਨਾ। ਅਤੇ ਉੱਥੇ ਹੀ ਇੱਕ ਮੁੱਦਾ ਹੋਰ ਕਾਫੀ ਜ਼ਿਆਦਾ ਭਖਿਆ ਹੋਇਆ, ਉਸ ਮਾਮਲੇ 'ਤੇ ਵੀ ਖਾਸ ਅਪਡੇਟ ਤੁਹਾਨੂੰ ਦੇ ਸਕਦੇ ਹਾਂ, ਜਿੱਥੇ ਕਿ ਮਾਂਡੀ ਵਾਲੇ ਬਾਬਾ ਦੇ ਬਾਰੇ ਇੱਕ ਅਪਡੇਟ ਸਾਹਮਣੇ ਆਇਆ ਸੀ, ਇੱਕ ਵੀਡੀਓ ਵਾਇਰਲ ਹੋਈ ਸੀ ਕਿ ਉਹਨਾਂ ਵੱਲੋਂ RSS ਦੇ ਸਮਾਗਮ ਦੇ ਵਿੱਚ ਸ਼ਾਮਲ ਹੋਏ ਗਏ ਅਤੇ ਸ਼ਾਮਲ ਹੀ ਨਹੀਂ ਉੱਥੇ ਉਹਨਾਂ ਨੇ RSS ਦੀਆਂ ਗਤੀਵਿਧੀਆਂ ਦੇ ਵਿੱਚ ਵੀ ਸ਼ਮੂਲੀਅਤ ਕੀਤੀ, ਜਿਸ ਤੋਂ ਬਾਅਦ ਕਿ ਉਹਨਾਂ ਦਾ ਸਪਸ਼ਟੀਕਰਨ ਸਾਹਮਣੇ ਆਇਆ। ਸੋ ਤੁਹਾਨੂੰ ਉਹ ਵਾਇਰਲ ਵੀਡੀਓ ਦਾ ਇੱਕ ਛੋਟਾ ਕਲਿੱਪ ਅਤੇ ਉਹਨਾਂ ਨੇ ਕੀ ਸਪਸ਼ਟੀਕਰਨ ਦਿੱਤਾ ਉਹ ਦਿਖਾਉਂਦੇ ਹਾਂ, ਕਿਉਂਕਿ ਇਹ ਵੀ ਇਸ ਸਮੇਂ ਸਿੱਖ ਧਰਮ ਦੇ ਵਿੱਚ ਸਿੱਖ ਹਲਕਿਆਂ ਦੇ ਵਿੱਚ ਕਾਫੀ ਜ਼ਿਆਦਾ ਵਿਵਾਦਪੂਰਵਕ ਮੁੱਦਾ ਉੱਭਰ ਰਿਹਾ ਹੈ। ਅਤੇ ਜਿੱਥੇ ਕਿ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਇਸ ਬਾਬੇ ਵੱਲੋਂ ਗਦਾਰੀ ਕੀਤੀ ਗਈ ਹੈ, ਤਾਂ ਇਸ ਬਾਬੇ ਵੱਲੋਂ ਆਪ ਅੱਗੇ ਆ ਕੇ ਕਿਹਾ ਗਿਆ ਕਿ ਗਦਾਰੀ ਉਸਨੇ ਨਹੀਂ ਬਲਕਿ ਉਸ ਦੇ ਨਾਲ ਗਦਾਰੀ ਹੋਈ ਹੈ, ਯਾਰ ਮਾਰ ਹੋਈ ਹੈ। ਆਖਿਰ ਕੀ ਹੈ ਪੂਰਾ ਮਾਮਲਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਲੀਅਰ ਹੋਵੇਗਾ। ਸੋ ਵੀਡੀਓ ਅਖੀਰ ਤੱਕ ਜ਼ਰੂਰ ਦੇਖਣਾ ਅਤੇ ਇਸ ਪੂਰੀ ਵੀਡੀਓ ਨੂੰ ਦੇਖਣ ਤੋਂ ਬਾਅਦ ਜ਼ਰੂਰ ਦੱਸਣਾ ਕਿ ਤੁਸੀਂ ਇਸ ਬਾਬੇ ਦੀਆਂ ਗੱਲਾਂ ਦੇ ਨਾਲ ਸਹਿਮਤ ਹੋ ਜਾਂ ਫਿਰ ਨਹੀਂ। ਅੱਜ ਦੇ ਕੰਮ ਹੀ ਬੜਾ ਸੌਖਾ ਵੀ ਜਿਹੜਾ ਬੰਦਾ ਸਿੱਧਾ ਹੋ ਕੇ ਆਵੇ ਵੀ ਸਿੱਧਾ ਅਖਾੜੇ 'ਚ ਆ ਕੇ ਗੱਲ ਕਰੇ ਭਾਊ ਅੰਮ੍ਰਿਤਪਾਲ ਸਿੰਘ ਵਰਗਾ, ਉਹਦੇ 'ਤੇ ਸਿੱਧੀ ਸਟੈਂਪ ਲਾ ਦਿਓ ਜੀ RSS ਦਾ ਬੰਦਾ ਵਾ। ਤੇ ਜਿਹੜੇ ਮੇਰੇ ਵਰਗੇ ਧਰਮ ਦਾ ਚੋਲਾ ਪਾਈ ਫਿਰਦੇ ਅਸਲ 'ਚ RSS ਦੀ ਲੱਤ ਥੱਲੇ ਲੰਘਣ ਵੀ ਉਹ ਡਏ ਆ। ਉਦਾਹਰਨ ਦੇਵਾਂ, ਮੈਂ ਬਕਾਇਦਾ ਫੋਟੋਆਂ ਸੇਵ ਕਰਕੇ ਲੈ ਕੇ ਆਇਆ ਵਾਂ ਵੀ ਕਈਆਂ ਨੇ ਪੁੱਛ ਲੈਣਾ ਵੀ ਤੈਨੂੰ ਕੋਈ ਪ੍ਰੂਫ ਹੈਗਾ ਕੋਈ। ਤਲਵਾੜੇ RSS ਦਾ ਕੈਂਪ ਲੱਗਾ
ਤੇ ਬਾਬਾ ਲੱਖਾ ਸਿੰਘ ਨਾਨਕ ਸਰ ਵਾਲਾ ਉਸ ਕੈਂਪ ਦੇ ਵਿੱਚ ਪਹਿਲੀ ਕੁਰਸੀ ਤੇ ਜਾ ਕੇ ਬੈਠਾ। ਸ਼ਰਮ ਦਾ ਘਾਟਾ ਨਹੀਂ ਸਾਡੇ ਵਾਸਤੇ। ਹਰਿਆਣੇ ਦੇ ਵਿੱਚ ਆਰ ਐਸ ਐਸ ਦਾ ਕੈਂਪ ਲੱਗਾ, ਉਹ ਮਾਂਡੀ ਸਾਹਿਬ ਵਾਲਾ ਬਾਬਾ ਉਹ ਆਰ ਐਸ ਐਸ ਦੇ ਕੈਂਪ ਦੇ ਵਿੱਚ ਉਹਨਾਂ ਵਾਂਗੂ ਪ੍ਰਾਰਥਨਾ ਕਰਦਾ ਹੈ, ਖਾਈਏ ਪੰਥ ਦਾ ਤੇ ਖਲੋਈਏ ਉਹਨਾਂ ਦੇ ਵਿੱਚ ਜਾ ਕੇ ਜਿਨ੍ਹਾਂ ਨੇ ਪੰਥ ਦਾ ਬੇੜਾ ਗਰਕ ਕਰਨਾ ਸੀ। ਤੇ ਟੈਗ ਉਹਨਾਂ ਬੰਦਿਆਂ ਨੂੰ ਅਸੀਂ ਲਾ ਦਿੰਦੇ ਹਾਂ, ਚੰਗੇ ਰਾਗੀ ਢਾਡੀਆਂ ਨੂੰ ਜਿਹੜੇ ਸਿੱਧੀ ਤੇ ਸਿੱਧੀ ਸਪਸ਼ਟ ਗੱਲ ਕਰਦੇ ਆ, ਜਿਹੜਾ ਸਿੱਧਾ ਹਿੱਕ ਚ ਵੱਜੇ ਉਹਨੂੰ ਆਰ ਐਸ ਐਸ ਕਹਿ ਦੋ, ਤੇ ਜਿਹੜੇ ਮੇਰੇ ਵਰਗੇ ਧਰਮ ਦਾ ਚੋਲਾ ਪਾਈ ਫਿਰਦੇ ਆ, ਮੋਟੇ ਲਫਾਫੇ ਜੇਬਾਂ ਚ ਪਾਈ ਫਿਰਦੇ ਆ, ਉਹ ਆਪੇ ਹੀ ਪੰਥ ਦੇ ਆਗੂ ਬਣ ਜਾਂਦੇ ਆ, ਪੰਥ ਦੇ ਰਾਖੇ ਬਣ ਕੇ ਬਹਿ ਚੰਡੀ ਹੈ। ਹੁਣ ਬੁਲਾਓ ਜਕਾਰੇ, ਜਿਹੜੇ ਜਿਹੜੇ ਆਉਂਦੇ ਸਟੇਟਮੈਂਟ ਦੇ ਮੰਡੀ ਵਾਲਾ, ਮੰਡੀ ਵਾਲੇ ਦੀ ਸਟੇਟਮੈਂਟ ਸੁਣ ਲਓ ਕੰਨ ਖੋਲ ਕੇ। ਆ ਚੰਡੀ ਜੇ ਇਹ ਮਾਤਾ ਸਾਹਿਬ ਦੇਵਾ ਜੀ ਬਖਸ਼ਿਸ਼ ਹੋਈ ਦਾਤ ਆ, ਮੈਂ ਖਾਲਸਾ ਪੁੱਤਰ ਮਾਤਾ ਸਾਹਿਬ ਦੇਵਾ ਆਨੰਦਪੁਰ ਦਾ ਵਾਸੀ ਹਾਂ, ਤੇ ਮੈਂ ਇਹਨਾਂ ਦੁਸ਼ਟਾਂ ਨੂੰ ਇਹ ਕਹਿੰਦਾ ਲਲਕਾਰ ਕੇ, ਭਾਈ 24 ਸਾਲ ਦੇ ਵਿੱਚ ਮੈਂ ਕੌਮ ਨਾਲ ਕੋਈ ਗਦਾਰੀ ਕੀਤੀ ਹੋਵੇ ਤੇ ਮੈਂ ਕਿਸੇ ਆਰ ਐਸ ਐਸ ਦਾ ਏਜੰਟ ਰਿਹਾ ਹੋਵਾਂ ਜਾਂ ਮੈਂ ਆਰ ਐਸ ਐਸ ਦਾ ਕੋਈ ਕੰਮ ਕੀਤਾ ਹੋਵੇ ਤੇ ਇਹ ਮਾਤਾ ਮੈਨੂੰ ਕਦੇ ਨਾ ਬਖਸ਼ੇ। ਦੂਜੇ ਨੰਬਰ ਤੇ ਸੰਗਤ ਜੀ, ਸਮਾਜ 'ਚ ਭੀੜ 'ਚ ਰਹੀਦਾ, ਮੇਰਾ ਸੁਭਾਅ ਤੁਸੀਂ ਸਾਰੇ ਜਾਣਦੇ ਹੋ, ਥੋੜ੍ਹੇ ਯਾਰ ਅਸੀਂ ਭੋਲੇ ਹਾਂ, ਮੈਂ ਇੰਨਾ ਵਾਂ ਭੋਲਾ ਹੋਣਾ ਨਹੀਂ ਚਾਹੀਦਾ, ਪਰ ਬਾਬੇ ਦੀ ਬਾਣੀ ਆਉਂਦੀ ਭੋਲੇ ਭਾਏ, ਸਾਨੂੰ ਰੱਬ ਜੇ ਮਿਲਿਆ ਮੇਰੇ ਸੁਭਾਅ ਕਰਕੇ ਮਿਲਿਆ, ਜੋ ਮੈਨੂੰ ਦਾਤਾਂ ਮਿਲੀਆਂ ਮੇਰੇ ਸੁਭਾਅ ਕਰਕੇ ਮਿਲੀਆਂ, ਤੇ ਮੈਂ ਇਹਨਾਂ ਗਦਾਰਾਂ ਨੂੰ ਦੱਸ ਦੇਵਾਂ ਭਾਈ ਮੈਨੂੰ ਗੁੰਮਰਾਹ ਕਰਕੇ ਲਿਜਾਇਆ ਗਿਆ, ਜਿਨ੍ਹਾਂ ਮੈਨੂੰ ਖੜਿਆ ਉਹ ਹੁਣ ਘਰਾਂ 'ਚ ਬੈਠੇ ਆ, ਉਹਨਾਂ ਨੇ ਮੈਨੂੰ ਆਖਿਆ ਬਾਬਾ ਜੀ ਤੁਸੀਂ ਮਾਤਾ ਸਾਹਿਬ ਦੇ ਹਾਜ਼ਰ ਹੈ, ਇਹ ਨਾ ਸੋਚਿਓ ਸਿੱਖੋ ਉਸ ਮਾਈ ਚੰਡੀ ਦਾ ਪੁੱਤਰ ਹੈ ਮੈਂ, ਤੇ ਪਿਆਰਿਓ ਉਹਨਾਂ ਆਖਿਆ ਬਾਬਾ ਜੀ ਸਕੂਲ ਤੱਕ ਜਾਣਾ, ਮੈਂ ਕਿਹਾ ਚਲੋ ਅੱਗੇ ਵੀ ਜਾਂਦੇ ਹਾਂ, 24 ਸਾਲ ਹੋ ਗਏ ਮੈਨੂੰ ਸਮਾਗਮ ਪ੍ਰਚਾਰ ਪ੍ਰਸਾਰ ਦੇਸ਼ ਪ੍ਰਦੇਸ਼ ਕਰਦਿਆਂ ਨੂੰ, ਦੁਨੀਆਂ ਦੇ ਵਿੱਚ ਚੱਲਦਾ ਵਾਧਾ ਘਾਟਾ ਸਭ ਕੁਛ ਹੁੰਦਾ। ਤੇ ਸੰਗਤ ਜੀ ਇੱਕ ਕਹਿੰਦੇ ਨਾ ਯਾਰ ਮਾਰ ਭਰਾ ਮਾਰ ਤੇ ਆਮ ਹੀ ਚੱਲਦੀ ਹੈ, ਇਹ ਮੇਰੇ ਨਾਲ ਯਾਰ ਮਾਰ ਵੀ ਮੈਨੂੰ ਲਿਜਾਇਆ ਗਿਆ, ਖੜਾ ਕੀਤਾ ਗਿਆ, ਮੇਰੀਆਂ ਫੋਟੋਆਂ ਵਾਇਰਲ ਕੀਤੀਆਂ ਗਈਆਂ। ਤੁਹਾਨੂੰ ਪਤਾ ਸਿੱਖੀ ਦਾ ਪ੍ਰਚਾਰ ਉਦਾਸੀ ਹੋ ਕਰਕੇ ਇੱਕ ਮਾਂਡੀ ਦੇ ਵਿੱਚ ਪਾਵਨ ਧਰਤੀ ਪੂਰੇ ਵਿਸ਼ਵ ਦੇ ਵਿੱਚ ਅੱਜ ਤੱਕ ਕੋਈ ਬੰਦਾ ਕਹਿ ਦੇ ਕਿ ਅਸੀਂ ਭਰਮ ਪਾਉਂਦੇ ਹਾਂ, ਕਿਸੇ ਨੂੰ ਅੰਧ ਵਿਸ਼ਵਾਸ ਪਾਇਆ ਹੋਵੇ, ਕਿਸੇ ਦਾ ਕੋਈ ਨੁਕਸਾਨ ਕੀਤਾ ਹੋਵੇ, ਕਿਸੇ ਦਾ ਕਿਸੇ ਤਰ੍ਹਾਂ ਦਾ ਵੀ। ਸੰਗਤ ਜੀ ਮੈਂ 24 ਸਾਲ ਜ਼ਿੰਦਗੀ ਦੇ ਸੇਵਾ ਕੀਤੀ ਹੈ, ਅਤੇ ਮੈਂ ਇਹ ਦੱਸਣਾ ਚਾਹੁੰਦਾ ਮੇਰੇ ਨਾਲ ਗੁੰਮਰਾਹ ਹੋਇਆ, ਮੈਂ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਜੀ ਨੂੰ, ਗੁਰੂ ਨਾਨਕ ਸਾਹਿਬ ਨੂੰ, 10ਵੇਂ ਪਾਤਸ਼ਾਹ ਬਾਬਾ ਸ਼੍ਰੀ ਚੰਦ ਜੀ ਨੂੰ ਮੇਰਾ ਜੀਵਨ ਸਮਰਪਿਤ ਹੈ, ਗੁਰੂ ਨਾਨਕ ਮੇਰਾ ਪਿਤਾ ਹੈ, ਕਲਗੀਧਰ ਮੇਰਾ ਪਿਤਾ ਹੈ, ਮਾਤਾ ਸਾਹਿਬ ਦੇਵਾ ਮੇਰੀ ਮਾਈ ਹੈ, ਬਾਬਾ ਸ਼੍ਰੀ ਚੰਦ ਮੇਰਾ ਮੁਰਸ਼ਿਦ ਹੈ, ਅਕਾਲ ਤਖ਼ਤ ਮੇਰੀ ਪੀਰ ਦਾ ਸਿਧਾਂਤ ਗੁਰੂ ਹਰਗੋਬਿੰਦ ਸਾਹਿਬ ਸਾਡੇ ਗੁਰਦੇਵ ਨੇ, ਅਤੇ ਮੈਂ ਸਿੰਘਾਂ ਰਾਹੀਂ ਉੱਥੇ ਸਿੰਘ ਸਾਹਿਬ ਨੂੰ ਅਰਜ਼ੀ ਵੀ ਭੇਜੀ ਹੈ, ਉਹ ਸਾਰੀ ਵਾਰਤਾ ਉਹਨਾਂ ਨੂੰ ਦੱਸੀ ਹੈ, ਜੋ ਸ਼੍ਰੀ ਅਕਾਲ ਤਖ਼ਤ ਦਾ ਹੁਕਮ ਆਵੇਗਾ ਉਹ ਦਰ ਪਤਾ ਕਿਹੜਾ ਮੀਰੀ ਪੀਰੀ ਅਤੇ ਫਕੀਰੀ ਦਾ, ਭਾਈ ਮੇਰਾ ਜੀਵਨ ਉੱਥੇ ਸਮਰਪਿਤ ਹੈ, ਆਪ ਸੰਗਤ ਨੂੰ ਸਮਰਪਿਤ ਹੈ, ਜੇ ਤੁਹਾਨੂੰ ਮੇਰੇ 'ਤੇ ਗੁਨਾਹ ਲੱਗਦਾ ਤੁਸੀਂ ਵੀ ਮੈਨੂੰ ਸਜ਼ਾ ਦੇ ਸਕਦੇ ਹੋ, ਵਿਸ਼ਵ ਦੇ ਵਿੱਚ ਕਿਸੇ ਨੂੰ ਵੀ ਗੁਨਾਹ ਲੱਗਦਾ ਮੈਂ ਸਜ਼ਾ ਭੋਗਣ ਨੂੰ ਤਿਆਰ ਹਾਂ, ਔਰ ਮੈਂ ਅਕਾਲ ਤਖ਼ਤ ਸਾਹਿਬ 'ਤੇ ਜੋ ਸਿੰਘ ਸਾਹਿਬ ਹੁਕਮ ਕਰਨਗੇ ਦਾਸ ਉੱਥੇ ਵੀ ਜਾਏਗਾ, ਔਰ ਮੈਂ ਫਿਰ ਕਹਾਂ ਮੇਰੇ ਨਾਲ ਹੋਈ ਆ ਯਾਰ ਮਾਰ ਬਚੋ ਯਾਰ, ਚਮਚਿਆਂ ਤੋਂ ਬਚਣਾ ਚਾਹੀਦਾ। ਮੈਨੂੰ ਮੁੰਡੇ ਆਉਂਦੇ ਬਾਬਾ ਜੀ ਸੁਭਾਅ ਚੇਂਜ ਕਰੋ, ਮੈਂ ਕਿਹਾ ਇਹ ਸੁਭਾਅ ਕਰਕੇ ਮੈਂ ਫਕੀਰੀ ਪਾਈ ਹੈ,
ਲੋਕੀ ਵੱਟੇ ਮਾਰਨ ਪੱਥਰ ਮਾਰਨ, ਮੈਂ ਆਪਣੀ ਝੋਲੀ ਪਵਾਵਾਂਗਾ। ਤੋ ਸੰਗਤ ਜੀ, ਮਾਤਾ ਸਾਹਿਬ ਦੇਵਾ ਮੇਰੀ ਮਾਂ ਵਾ, ਮੈਂ ਆਪਣੀ ਮਾਂ ਨੂੰ ਹਾਜ਼ਰ ਨਾਜ਼ਰ ਜਾਂਦਿਆਂ ਮੈਂ ਤੁਹਾਨੂੰ ਬੋਲ ਦਿੱਤਾ, ਇਹਦੂ ਵੱਧ ਕੇ ਕੋਈ ਸਟੇਟਮੈਂਟ ਨਹੀਂ। ਔਰ ਇੱਕ ਸ਼ਬਦ ਮੇਰਾ ਹੋਰ ਰਹਿ ਗਿਆ, ਸੁਣੋ। ਮੇਰੀ ਰੋਜ਼ ਦੀ ਅਰਦਾਸ ਹੁੰਦੀ, ਮੈਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠਾਂ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਾਤਾ ਸਾਹਿਬ ਦੇਵਾ ਮੇਰਾ ਮੁਰਚਤ ਲੰਬੀਆਂ ਬਾਹਾਂ ਵਾਲਾ ਹਾਜ਼ਰ ਨਾਜ਼ਰ ਹੈ, ਮੈਂ ਕਹਿੰਦਾ ਮੇਰੀ ਰੋਜ਼ ਦੀ ਅਰਦਾਸ ਹੁੰਦੀ, ਮਹਾਰਾਜ ਸਾਡੇ ਸਿੱਖ ਪੰਥ ਪੰਥ ਕੋਈ ਬਿਪਤਾ ਆਵੇ, ਕੋਈ ਸਮਾਂ ਆਵੇ, ਗੋਲੀ ਬਰੂਦ ਤੋਪ ਦੇ ਅੱਗੇ ਖੜਨਾ ਪਵੇ ਅਤੇ ਆਪਣੇ ਇਸ ਗੁਰਵਿੰਦਰ ਸਿੰਘ ਦਾ ਪਹਿਲਾਂ ਸੇਵਾ ਪ੍ਰਵਾਨ ਕਰੇ। ਕਿਤੇ ਵੀ ਪੰਥ ਸਮਾਂ ਆਵੇ, ਜਿੱਥੇ ਪੰਥ ਹੁਕਮ ਲਾਊਗਾ, ਮੈਂ ਆਪ ਸੰਗਤਾਂ ਨੂੰ ਅਕਾਲ ਤਖ਼ਤ ਨੂੰ ਸਮਰਪਣ ਹਾਂ। ਜੇਕਰ ਆ ਕੀ ਆਉਂਦੇ ਹੁੰਦੇ ਬੰਦੂਕ ਹੈ, ਗੋਲਾ ਹੈ, ਤੋਪ ਹੈ, ਮਾਤਾ ਸਾਹਿਬ ਦੇਵਾ, ਇਹ ਜਗਤ ਮਾਤਾ ਖਾਲਸੇ ਦੀ ਮਾਤਾ, ਇਹ ਸੇਵਾ ਆਪਣੇ ਗੁਰਵਿੰਦਰ ਸਿੰਘ ਨੂੰ ਬਖਸ਼ੋ। ਜੋ ਪਿਆਰਿਓ, ਜਿਨ੍ਹਾਂ ਨੇ ਮੇਰੇ ਵਰਕਲਾ ਬੜਾ ਕੁਛ ਬੋਲਿਆ, ਉਹ ਮੇਰੇ ਨੇ ਭਰਾ, ਅਤੇ ਮੈਂ ਉਹਨਾਂ ਅੱਗੇ ਝੋਲੀ ਕੀਤੀ ਆ, ਜੋ ਤੁਸੀਂ ਪਾਉਣਾ ਭਰਾਵੋ ਪਾਈ ਜਾਓ, ਪਾਈ ਜਾਓ, ਰੱਜ ਕੇ ਪਾਈ ਜਾਓ, ਫਕੀਰਾਂ ਨੂੰ ਕੁਛ ਫਰਕ ਨਹੀਂ ਪੈਂਦਾ। ਅਤੇ ਜਿਨ੍ਹਾਂ ਨੇ ਮੇਰੇ ਹੱਕ ਵਿੱਚ ਬਹੁਤ ਪਿਆਰ ਨਾਲ ਸੁਲਝੇ ਢੰਗ ਨਾਲ ਸੰਗਤ ਜੀ ਆਪਣੇ ਵਿਚਾਰ ਰੱਖੇ, ਬੜੇ ਅਮਨ ਸ਼ਾਂਤੀ ਨਾਲ, ਮੈਂ ਉਹਨਾਂ ਦਾ ਵੀ ਸਾਡਾ ਸਾਰਾ ਜਥਾ ਵਿਅੰਗਮ ਮੰਡੀ ਸਾਹਿਬ ਦੀ ਸਮੁੱਚੀ ਸੰਗਤ ਉਹਨਾਂ ਦਾ ਧੰਨਵਾਦ ਵੀ ਕਰਦੀ ਹੈ, ਔਰ ਜਿਹੜੇ ਇਸ ਦਰ ਤੋਂ ਦਾਤਾ ਲੈ ਕੇ ਮੁੱਕਰ ਗਏ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਘੱਟੋ ਘੱਟ ਤੁਸੀਂ ਅਹਿਸਾਸ ਤੇ ਕਰਾਇਆ ਕਿ ਤੁਸੀਂ ਸਾਡੇ ਹੋ, ਆਪਣੇ ਹੋ। ਕਹਿੰਦੇ ਬੰਦਾ ਇਹਨਾਂ ਚੀਜ਼ਾਂ 'ਚੋਂ ਸਿੱਖਦਾ, ਬਹੁਤ ਕੁਛ ਸਿੱਖਣ ਨੂੰ ਮਿਲਦਾ। ਮੈਂ ਅੱਜ ਵੀ ਆਨੰਦ 'ਚ ਹਾਂ ਭੈਣੋ ਭਰਾਵੋ, ਮੈਂ ਕੱਲ੍ਹ ਵੀ ਆਨੰਦ 'ਚ, ਮੈਂ ਸਦਾ ਆਨੰਦ ਵਿੱਚ ਹਾਂ, ਮੈਨੂੰ ਹੋਰ ਕੋਈ ਦੁੱਖ ਨਹੀਂ। ਮੇਰੀਆਂ ਬਹੁ ਬੇਟੀਆਂ, ਮੇਰੀਆਂ ਭੈਣਾਂ, ਮਤਾਵਾਂ ਨੂੰ ਬੋਲਿਆ ਗਿਆ ਸੰਗਤ ਜੀ, ਮਹਾਰਾਜ ਨੇ ਕਿਹਾ ਸੋ ਕੋਈ ਮੰਦਾ ਆਖੀਏ ਵਿੱਚ ਜੰਮੈਂ, ਅਤੇ ਮੈਨੂੰ ਇਸ ਗੱਲ ਦਾ ਦੁੱਖ ਹੈ, ਧੀਆਂ ਭੈਣਾਂ ਮਾਵਾਂ ਸਾਡੇ ਸਾਰਿਆਂ ਦੇ ਘਰਾਂ 'ਚ। ਤੀਜੀ ਗੱਲ, ਮੈਂ ਹਮੇਸ਼ਾ ਪ੍ਰਚਾਰ ਕਰਦਾ ਪੰਜਾਬੀ ਬੋਲਿਆ ਕਰੋ, ਪੰਜਾਬੀ ਬੋਲਿਆ ਕਰੋ ਪ੍ਰਦੇਸ਼ਾਂ 'ਚ। ਅਤੇ ਆਹ ਜਿਹੜੀ ਪੰਜਾਬੀ ਬੋਲੀ ਮੈਂ ਸੁਣੀ, ਕਿੰਨੀ ਗੰਦਲੀ ਇਹਨਾਂ ਨੇ ਪੰਜਾਬੀ ਬੋਲੀ, ਮਾਂ ਬੋਲੀ ਪੰਜਾਬੀ ਕਰ ਚੜੀ ਜੇ, ਸਮਝਾਈ? ਇੰਨੀ ਗੰਦਲੀ ਹੈ ਪੰਜਾਬੀ ਬੋਲੀ ਕਰ ਚੜੀ, ਹੁਣ ਕਿਹੜੇ ਮੁੱਖ ਨਾਲ ਪ੍ਰਦੇਸ਼ਾਂ 'ਚ ਬੱਚਿਆਂ ਨੂੰ ਕਹਾਂਗੇ ਪੰਜਾਬੀ ਬੋਲਿਆ ਕਰੋ, ਅੰਗਰੇਜ਼ੀ ਬੋਲਦੇ ਜੇ? ਉਹ ਕਹਿੰਦੇ ਬਾਬਾ ਜੀ ਰਿਸਪੈਕਟਫੁੱਲ ਬੋਲੀ ਹੈ, ਤਾਂ ਹੀ ਕਹਿੰਦੇ ਹੁੰਦੇ ਹਨ ਨਹੀਂ ਪੰਜਾਬੀ ਰਿਸਪੈਕਟਫੁੱਲ ਹੈ।